जी सत श्री अकाल जी, सारिया नू सत श्री अकाल। ते आपां तुहानू पहला तीन शख्सियतां मिलाईयां सीगियां, ते जिन्हां दा नां सीगा सोनू सीतोवाल भाजी, ते जट साहब, ते नीटू शटरां वाले। ते एक भाई दी इंटरव्यू आपां कर ली सीगी, ते दूजे आपां नीटू भाई दी अज कर रहे हां इंटरव्यू। ते आए हुए आ साडे कोल नीटू भाजी, वैलकम जी, सत श्री अकाल। ते मतलब हुण तुसीं आपां इन्हां नू पुछणा है, तुसीं ये देखणा भी कित्थों स्टार्ट कीती नहीं अपनी, सारा जो जो इन्हां ने मतलब कीता। ਤੇ ਪਹਿਲਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਦੱਸਿਆ ਕਿ ਇਲੈਕਸ਼ਨਾਂ ਦੇ ਵਿੱਚ ਖੜੇ ਹੋਏ ਸੀ, ਤੇ ਇਹਨਾਂ ਨੂੰ ਚੋਣ ਨਿਸ਼ਾਨ ਮਿਲਿਆ ਸੀਗਾ ਟੈਂਪੂ। ਤੇ ਭਾਜੀ ਕਰਦੇ ਹਾਂ ਸਾਂਝੀ ਵੀਡੀਓ, ਤੇ ਵੀਡੀਓ ਨਾ ਲਾਸਟ ਤੱਕ ਜ਼ਰੂਰ ਦੇਖਿਓ, ਤੇ ਇਹਦਾ ਬੜਾ ਇੰਟਰਸਟ ਹੈ। ਲਾਸਟ 'ਚ ਜਾ ਕੇ ਤੁਹਾਨੂੰ ਸਾਰੀ ਗੱਲਬਾਤ ਸਮਝ ਆਉਣੀ। ਬਹੁਤ ਹੀ ਵਧੀਆ ਵੀਡੀਓ ਬਣੀ ਹੈ ਪਹਿਲਾਂ ਨਾਲੋਂ ਵੀ ਜੀ। ਉਹ ਨੀਟੂ ਛੱਟਣ ਵਾਲਾ ਉਹ ਪ੍ਰਧਾਨ ਪਾਰਟੀ ਦੇ ਔਰ ਟੈਂਪੂ ਨਿਸ਼ਾਨ ਹੈ ਤੇ 16 ਨੰਬਰ ਆਟੋ ਰਿਕਸ਼ਾ ਦਾ ਆਟੋ ਰਿਕਸ਼ਾ ਵਾਲਾ ਟੈਂਪੂ ਦਾ ਨਿਸ਼ਾਨ ਗਲਤ ਨਹੀਂ, ਆਟੋ ਆਟੋ ਟੋਟ ਦਾ ਨਿਸ਼ਾਨ ਹੈ। ਆਟੋ ਨਿਸ਼ਾਨ ਰਿਕਸ਼ਾ ਅੱਛਾ 16 ਨੰਬਰ ਤੇ ਠੀਕ ਹੈ ਹੈਗਾ ਜੀ ਆਟੋ ਰਿਕਸ਼ਾ। ਉਹ ਕਹਿੰਦੇ ਨੀਟੂ ਟੈਂਪੂ ਗਾਣਾ ਦਿੱਤੇ ਲੋਕ ਨੇ। ਅੱਛਾ ਟੈਂਪੂ ਨਹੀਂ ਗਾਣਾ, ਆਟੋ ਰਿਕਸ਼ਾ ਗਾਣਾ, ਤੁਸੀਂ ਵੀ ਯਾਦ ਰੱਖੋ ਟੈਂਪੂ ਨਾ ਕੋ ਬਾਰ ਆਟੋ ਰਿਕਸ਼ਾ ਆਟੋ ਰਿਕਸ਼ਾ ਠੀਕ ਹੈ। ਹਾਂਜੀ ਸੋ ਇਹ ਸੀਗਾ ਭਾਜੀ ਹੁਣਾਂ ਦਾ, ਨੀਟੂ ਭਾਜੀ ਹੁਣਾਂ ਦਾ ਚੋਣ ਨਿਸ਼ਾਨ ਸੀਗਾ ਟੈਂਪੂ ਨਹੀਂ, ਸੋਰੀ ਸੋਰੀ ਭਾਈ ਉਹ ਆਟੋ ਰਿਕਸ਼ਾ। ਉਹ ਪਹਿਲਾਂ ਮਨਾ ਕੀਤਾ ਇਹਨਾਂ ਨੇ ਭਾਈ ਟੈਂਪੂ ਨਹੀਂ ਕਹਿਣਾ, ਅਤੇ ਆਟੋ ਰਿਕਸ਼ਾ ਸੀਗਾ। ਅਤੇ ਬਾਕੀ ਇਹਨਾਂ ਨੇ ਜੋ ਜੋ ਜਨਤਾ ਨਾਲ ਵਾਅਦੇ ਕੀਤੇ ਸੀਗੇ ਉਹ ਵੀ ਤੁਹਾਨੂੰ ਸਾਂਝੇ ਕਰਦੇ ਹਾਂ ਥੋੜ੍ਹੇ। ਪਰ ਮੈਂ ਜੇ ਮੇਰੀ ਸਰਕਾਰ ਆ ਗਈ, ਇੱਕ ਘਰ ਦੇ ਵਿੱਚ 3000 ਰੁਪਏ ਮਹੀਨੇ ਦਾ ਪਹੁੰਚਾਉਂਗਾ ਮੈਂ ਗਾਰੰਟੀ ਕਰਨਾ, ਔਰ ਬਿਜਲੀ ਦਾ ਬਿੱਲ ਸਾਰਾ ਫ੍ਰੀ ਹੋਊਗਾ। ਜਿਹੜਾ ਜਿਹੜਾ ਰਜਿਸਟਰੀਆਂ ਦੇ ਪੈਸੇ ਲੱਗਦੇ ਤੁਹਾਡੇ, ਰਜਿਸਟਰੀਆਂ ਦੇ ਪੈਸੇ ਨਹੀਂ ਲੱਗੂਗੇ। ਨਹੀਂ ਭਾਅ ਜੀ ਉਹਦਾ ਗੱਲ ਤੁਹਾਡੀ ਠੀਕ ਹੈ ਨੀਟੂ ਭਾਅ ਜੀ, ਅਤੇ ਪੈਸਾ ਕਿੱਥੋਂ ਆਊਗਾ ਜੀ? ਪੈਸਾ ਦੱਸੋ ਥੋੜ੍ਹਾ ਜਿਹਾ ਵੀ ਕਿੱਥੋਂ ਲਿਆਓਗੇ ਤੁਸੀਂ ਇੰਨਾ ਪੈਸਾ, ਗਾਰੰਟੀਆਂ ਚਲੋ ਤੁਸੀਂ ਦੇ ਰਹੇ। ਮੈਂ ਓਪੀ ਕਰਾਂਗਾ ਨਾ ਜਿੱਦਾਂ ਕਰਨਾ ਹੁਣ। ਠੀਕ ਹੈ ਜੀ। ਅਤੇ ਇਹ ਕਹਿੰਦੇ ਭਾਅ ਜੀ ਹੁਣੀ ਭਾਈ ਉਹ ਮੈਂ ਆਪੇ ਕਰੂੰਗਾ ਪੈਸੇ ਜਿੱਧਰੋਂ ਮਰਜ਼ੀ ਲਿਆਵਾਂ ਤੁਹਾਨੂੰ ਕੀ ਇਹ 'ਚ। ਅਤੇ ਜਦੋਂ ਫਿਰ ਨਾ ਵੋਟਾਂ ਮਤਲਬ ਪੈ ਗਈਆਂ ਅਤੇ ਡੱਬਿਆਂ 'ਚ ਬੰਦ ਹੋ ਗਿਆ ਸਾਰਾ ਕੁਛ, ਅਤੇ ਵੋਟਾਂ ਦਾ ਰਿਜ਼ਲਟ ਹਲੇ ਆਉਣਾ ਸੀਗਾ, ਉਹ ਤੋਂ ਬਾਅਦ ਭਾਈ ਨੇ ਸਾਰਾ ਸਰਵੇ ਕੀਤਾ ਅਤੇ ਸਾਰੀ ਜਗ੍ਹਾ 'ਤੇ ਦੱਸ ਰਹੇ ਵੀ ਮੈਂ ਚਿੱਤ ਰਹੀ, ਉਹ ਵੀ ਤੁਹਾਨੂੰ ਇੱਕ ਮੈਂ ਵੀਡੀਓ ਸਾਂਝੀ ਕਰਦਾ ਭਾਈ ਦੀ, ਕਰ ਦਈਏ ਭਾਅ ਜੀ ਉਹ ਵੀ। ਹਾਂਜੀ ਕਹਿੰਦੇ ਕਰ ਦਿਓ ਕਰ ਦਿਓ। ਮੈਂ ਮੁੱਲਾਪੁਰ ਦਾਖਾਂ ਤੋਂ ਵੀ ਜਿੱਤ ਰਿਹਾ ਵਾਂ, ਬੈਸਟ ਏਰੀਆ ਤੋਂ ਵੀ ਮੈਂ ਜਿੱਤ ਰਿਹਾ ਵਾਂ, ਮੈਨੂੰ ਵੋਟਾਂ ਨੇ ਇੰਨੀ ਸਪੋਰਟ ਪਈ ਹੈ ਹਰ ਮਹੱਲੇ ਵਿੱਚ ਕਹਿੰਦੇ ਬੈਠ। ਅਤੇ ਬੜੀਆਂ ਉਮੀਦਾਂ ਸੀਗੀਆਂ ਨੀਟੂ ਭਾਅ ਜੀ ਨੂੰ, ਅਤੇ ਉਮੀਦਾਂ 'ਤੇ ਫਿਰ ਪਾਣੀ ਫਿਰ ਗਿਆ ਜਦੋਂ ਇਲੈਕਸ਼ਨ ਦਾ ਰਿਜ਼ਲਟ ਆਇਆ, ਅਤੇ ਫਿਰ ਬਹੁਤ ਮਨ ਦੁਖੀ ਹੋਇਆ ਭਾਅ ਜੀ ਸਾਡਾ ਵੀ ਹੋਇਆ ਸੀ ਉਸ ਟਾਈਮ 'ਤੇ। ਯਾਰ ਇੰਨਾ ਮਿਹਨਤ ਕੀਤੀ, ਵੋਟਾਂ ਪਾਈਆਂ, ਕਿੱਥੇ ਵੋਟਾਂ ਪਾਈਆਂ ਕਿਹਨਾਂ ਨੇ ਜੀ? ਮਤਲਬ ਵੋਟਾਂ ਕਹਿੰਦੇ ਤੁਹਾਡੇ 5 ਨਿਕਲੀਆਂ, ਮਤਲਬ 9 ਮੈਂਬਰ ਤੁਸੀਂ ਘਰ ਦੇ ਸੀਗੇ, ਅਤੇ 5 ਵੋਟਾਂ ਕਿਹੜੇ ਹਿਸਾਬ ਨਾਲ ਨਿਕਲੀਆਂ? 4 ਤੁਹਾਡੇ ਘਰ ਦੇ ਬੰਦਿਆਂ ਨੇ ਵੀ ਨਹੀਂ ਵੋਟਾਂ ਪਾਈਆਂ ਜੀ? ਇਸ ਤਰ੍ਹਾਂ ਕੀਤਾ ਜੀ ਇਹਨਾਂ ਨਾਲ, ਦੇਖੋ ਘਰ ਦੇ ਬੰਦਿਆਂ ਨੇ ਵੀ, 4 ਬੰਦੇ ਘਰ ਦੇ ਵੀ ਕਿਤੇ ਹੋਰ ਵੋਟਾਂ ਪਾ। ਮੈਨੂੰ ਤਾਂ ਲੱਗਦਾ ਉਹ ਜਿਹੜਾ ਬੁੱਢਾ ਤੁਸੀਂ ਨਾਲ ਇੱਕ ਖੜਾ ਕੀਤਾ ਹੋਇਆ ਸੀਗਾ ਬਜ਼ੁਰਗ, ਉਹਨਾਂ ਨੇ ਵਿੱਚ ਤੁਹਾਡਾ ਚੋਣ ਨਿਸ਼ਾਨ ਦਾ ਥੋੜ੍ਹਾ ਮਸਲਾ ਪੈ ਗਿਆ, ਉਹ ਟੈਂਪੂ ਸੀਗਾ ਤੁਹਾਡਾ ਚੋਣ ਨਿਸ਼ਾਨ। ਮੈਂ ਥੋੜ੍ਹਾ ਜੀ ਲੋਕਾਂ ਤੋਂ ਵੀ, ਜਨਤਾ ਤੋਂ ਵੀ ਪੁੱਛਿਆ ਸੀਗਾ, ਉਹ ਕਹਿੰਦੇ ਬਈ ਇਹਨਾਂ ਨੇ ਕਹਿ ਦਿੱਤਾ ਜੀ ਆਟੋ ਰਿਕਸ਼ਾ, ਆਟੋ ਰਿਕਸ਼ਾ ਦਾ ਉੱਥੇ ਨਾਂ ਹੀ ਨਹੀਂ ਆ ਰਿਹਾ ਸੀਗਾ, ਆਟੋ ਰਿਕਸ਼ੇ ਦਾ ਉੱਥੇ ਆ ਰਿਹਾ ਸੀਗਾ ਟੈਂਪੂ। ਤੁਸੀਂ ਭਾਅ ਜੀ ਮਨਾ ਕਰਤਾ ਸੀਗਾ ਵੀ ਟੈਂਪੂ ਨਾ ਕਹੋ, ਆਟੋ ਰਿਕਸ਼ਾ ਕਹੋ, ਉੱਥੇ ਸਾਰੀ ਜਨਤਾ ਆਟੋ ਰਿਕਸ਼ਾ ਲੱਭਦੀ ਰਹੀ। ਚਲੋ ਕੋਈ ਗੱਲ ਨਹੀਂ, ਅਤੇ ਆ ਦੇਖਿਓ ਭਾਅ ਜੀ ਜਦੋਂ ਵੋਟਾਂ ਪੈ ਗਈਆਂ ਤਾਂ ਥੋੜ੍ਹਾ ਸੁਣਿਓ। ਵੋਟਾਂ ਦੀ ਕਾਊਂਟਿੰਗ ਸ਼ੁਰੂ ਹੋ ਗਈ ਹੈ। ਜਲੰਧਰ ਸੀਟ ਦੀ ਗੱਲ ਕਰੀਏ ਤਾਂ ਚੌਧਰੀ ਸੰਤੋਖ ਸਿੰਘ ਇਸ ਸੀਟ ਤੋਂ ਅੱਗੇ ਚੱਲ ਰਹੇ ਨੇ, ਨੀਟੂ ਛੱਟਣਾ ਵਾਲਾ ਆਜ਼ਾਦ ਉਮੀਦਵਾਰ ਨੇ ਸਾਡੇ ਨਾਲ ਮੌਜੂਦ ਨੇ। ਤੁਹਾਨੂੰ 5 ਵੋਟਾਂ ਹੀ ਪਈਆਂ ਨੇ ਸਰ? ਮੇਰੇ ਘਰ ਦੇ 9 ਵੋਟਾਂ ਹੈਗੀਆਂ ਵਾ ਅਤੇ ਮੈਨੂੰ 5 ਪਈ ਹੈ ਸਰ। ਮਤਲਬ ਪਰਿਵਾਰ ਵਾਲਿਆਂ ਨੇ ਵੋਟ ਨਹੀਂ ਪਾਈ? ਨਹੀਂ ਸਰ, ਮਿਹਨਤ ਕੀਤੀ, ਲੱਗਦਾ ਬੇਈਮਾਨੀ ਕੀਤੀ ਗਈ ਵੋਟਾਂ ਦੇ ਵਿੱਚ। ਤੁਹਾਨੂੰ ਕੀ ਲੱਗ ਰਿਹਾ ਸੀਗਾ, ਪ੍ਰਚਾਰ ਪ੍ਰਸਾਰ ਤੁਸੀਂ ਬਹੁਤ ਕਰਿਆ ਸੀਗਾ, ਕੀ ਲੱਗ ਰਿਹਾ ਤੁਹਾਨੂੰ ਵੀ ਹੇਰਾਫੇਰੀ ਹੋਈ ਹੈ ਜਾਂ ਫਿਰ ਘਰ ਦੀਆਂ 9 ਵੋਟਾਂ ਉਹਨਾਂ 'ਚੋਂ ਵੀ 5 ਹੀ ਵੋਟਾਂ ਪਈਆਂ ਫਿਰ? ਨਹੀਂ ਸਰ, ਇੱਦਾਂ ਨਹੀਂ, ਜਿਨ੍ਹਾਂ ਨੇ ਬੇਈਮਾਨੀ ਕੀਤੀ ਮਸ਼ੀਨਾਂ ਵਿੱਚ ਬੇਈਮਾਨੀ ਹੋਈ ਹੋਈ ਕਿਸੇ, ਲੇਕਿਨ ਇੰਨੀਆਂ ਵੋਟਾਂ ਮੇਰੇ ਮਹੱਲਿਆਂ ਨੇ ਕਸਮ ਖਾ ਕੇ, ਚਿੰਤਪੁਰਨੀ ਮਾਤਾ ਦੀ ਕਸਮ ਖਾ ਕੇ ਵੋਟਾਂ ਪਈਆਂ ਉਹਨਾਂ ਨੇ ਲੋਕਾਂ ਨੇ। ਕੀ ਲੱਗ ਰਿਹਾ ਤੁਹਾਨੂੰ, ਕੀ ਕਹਿਣਾ ਚਾਹੋਗੇ? ਨਹੀਂ ਸਹੀ, ਅੱਗੇ ਤੋਂ ਨਹੀਂ ਇਲੈਕਸ਼ਨ ਲੜਨੇ ਸਰ, ਮੈਂ ਜੇ ਇੱਦਾਂ ਲੜਨੇ ਤਾਂ ਫਾਇਦਾ ਕੀ ਆ, ਬੜੀ ਮਜਬੂਰੀ ਨਾਲ ਇਲੈਕਸ਼ਨ ਲੜੇ ਆ। ਜਲਦੀ ਹੌਸਲਾ ਛੱਡੀ ਜਾਂਦੇ ਸਰ, ਕੀ ਕਰੀਏ, ਵੋਟਾਂ ਹੀ 5 ਪਈਆਂ ਸਰ ਸਾਨੂੰ। ਘਰ ਦੀਆਂ 9 ਵੋਟਾਂ ਤੁਸੀਂ ਕਹਿ ਰਹੇ ਹੋ, ਫਿਰ ਜਦੋਂ ਤੁਹਾਨੂੰ ਇਤਬਾਰ ਹੀ ਨਹੀਂ, ਘਰਦਿਆਂ ਨੇ ਸਪੋਰਟ ਨਹੀਂ ਕਰਿਆ, ਤਾਂ ਫਿਰ ਬਾਹਰਲੇ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ? ਕੁਛ ਨਹੀਂ ਕਰਦਾ, ਵੋਟਾਂ ਵਾਲੇ ਜਿਹੜੇ ਆਪਣੇ ਵੋਟਾਂ ਪਾਉਣ ਜਾਂਦੇ ਆ ਉਹ ਵੀ ਚੋਰ ਵੀ ਆ ਮੇਰੇ ਹਿਸਾਬ ਨਾਲ। ਜਦੋਂ ਨਿਸ਼ਾਨ ਲਾਉਂਦੇ ਆ, ਆਪ ਕਿਉਂ ਨਿਸ਼ਾਨ ਲਾਉਂਦੇ ਆ? ਨਿਸ਼ਾਨ ਤਾਂ ਲਾਉਂਦੇ ਕਿ ਦੁਬਾਰਾ ਬੰਦਾ ਵੋਟ ਨਾ ਪਾ ਸਕੇ। ਆਹ ਸਾਡਾ ਚੋਰੀ ਹੋ ਗਿਆ, ਅਸੀਂ ਚੋਰ ਹੀ ਹਾਂ ਕਿਸ ਹਿਸਾਬ ਦੇ? ਇਹਨਾਂ ਨੇ ਸਰ ਸਾਰਾ ਕੁਛ ਪਤਾ ਨਹੀਂ ਕੀ ਕੀਤਾ ਸਰ। ਅੱਗੇ ਤੋਂ ਨਹੀਂ ਇਲੈਕਸ਼ਨ ਲੜਨੇ ਕਦੀ ਸਰ, ਮੈਂ ਬੜੀ ਮਜਬੂਰੀ ਨਾਲ ਇਲੈਕਸ਼ਨ ਲੜੇ ਸੀਗੇ, ਪਰ ਲੇਕਿਨ ਉਹ ਹੱਲ ਨਹੀਂ ਹੋਇਆ ਸਰ, ਕੁਛ ਨਹੀਂ ਹੱਲ ਹੋਇਆ। ਨੀਟੂ ਛੱਟਰਾਂ ਵਾਲਾ ਸਾਡੇ ਨਾਲ ਮੌਜੂਦ ਸੀ, ਆਜ਼ਾਦ ਚੋਣ ਲੜਿਆ ਇਹਨਾਂ ਨੇ ਜਲੰਧਰ ਸੀਟ ਦੀ ਗੱਲ ਕਰੀਏ ਤਾਂ। ਇਹਨਾਂ ਦਾ ਇਹੀ ਕਹਿਣਾ ਹੈ ਕਿ ਪਰਿਵਾਰ ਦੀਆਂ 9 ਵੋਟਾਂ ਨੇ ਪਰ ਇਹਨਾਂ ਨੂੰ
कुल पांच ही वोटां पईआं ने, यानी घर के लोगों ने भी घर के मैंबर ने भी वोट नहीं पाए नीटू छटना वाले नूं। इन्हां दा यही कहना है कि अगे तो चोण नहीं लड़। हाँ जी, आ सुन लिया तुसीं नीटू छटना वाले भाजी नूं। इन्हां देखो घर के बंदे बड़ा दिल दुखी होया जी साडा भी, जे घर के बंदे ने भी वोट नहीं पाई की चक्कर। मैनूं तां उही मसला लगदा जी इन्हां दा कि इन्हां ने मतलब जिहड़ा आटो रिक्शा नाले टैंपू, तुसीं भाई टैंपू कहण दिंदे की, टैंपू च की फर्क है मैनूं दसो माड़ा जिहा, भी टैंपू जे कहण दे की है, तुहानूं देख के चोण निशान दित्ता होणा उहनां ने टैंपू, ते चलो कोई गल नहीं। ते बाकी मैं जे तुहाडे नाल ना कोई सवाल पुछना चाहुंदा नीटू छटण वाले भाजी, पता क्यों जी लोग भी सुनना चाहते, देखो तुहाडे च किन्ने गुण है, मैं तुहानूं एक दो जे सवाल पुछा तो आंसर दे सकदे जी। लोग तुहाडे ते विश्वास क्यों करन, क्योंकि लोग कहिंदे कि पढ़िया लिखा लीडर होना चाहिए, लीडर नूं चीज़ां बारे पता होना चाहिए, की तुहानूं अंग्रेजी भाषा के बारे जानकारी है? सारा कुछ पता सर, लेकिन मैं एक मौका मिलता है, एक मौके में मैं पूरा हिंदुस्तान बदल देना सीगा, मैं फगवाड़े में जाना के फगवाड़े सेवा करना चाहता है। नीटू की तुसी ये गल दस सकते हो कि आज देश के राष्ट्रपति कौन ने? अकाली दल, बीजेपी, कांग्रेस, तिने कट्ठे ने, और ये सानू लोकी बेवकूफ बनाया जाता। नीटू भाजी एक तो तुसी क्वेश्चन नहीं समझ रहे, वो थोनों पूछ रहे भाजी के राष्ट्रपति कौन है, राष्ट्रपति दसो, राष्ट्रपति का जवाब दो, राष्ट्रपति कौन है देश दे? देश दे राष्ट्रपति कौन ने? देश दे राष्ट्रपति का नाम नहीं पता, उन्होंने नाम है विक्रम सिंह, इदा ही है कुछ। चलो ए थोनों रहन दिंदे क्वेश्चन करने दे राष्ट्रपति। अच्छा, पंजाब दे राज्यसभा मैंबर किन्ने ने ए दस दो नीटू भाजी, ए आपां विचों स्किप करता क्वेश्चन, ठीक है। आप दे राज्यसभा मैंबर किन्ने ने? मैं तुहानूं दसदा एक मिनट सर, एक मिनट, जिहड़ी आ राजनीति हो रही है गंदी राजनीति। हाँ जी बिल्कुल जी, ए नीटू भाजी ये गंदी एंकर भाजी छड्डो यार, क्वेश्चन रहन दो, ये राजनीति यार गंदी हो रही भाजी, वोटां घर दे बंदे तां वोटां नहीं पा रहे, दसो फिर की आपां पुछीए, नहीं आपां इन्ने डूंघे नहीं जाणा। चलो नीटू भाजी मैं तुहानूं दसदा, तुसीं कोई ना होर काम सिखो, तुहानूं मतलब कोई होर काम दा देखो, ठीक है जी, ये छड्डो तुसीं तां इहदे मगर ना लगो, ठीक है, पोलिटिक्स गंदी है यार, ये सही नहीं हैगी। ते बाकी तुहानूं दसण जा रहे ने हुण नीटू भाजी, क्योंकि लोग कहिंदे कि पढ़िया लिखा लीडर होना चाहिए, लीडर नूं चीज़ां बारे पता होना चाहिए, की तुहानूं अंग्रेजी भाषा के बारे जानकारी है? सारा कुछ पता सर, लेकिन मैं एक, हाँ जी, तो नीटू भाजी एक होर क्वेश्चन रह गया, उन्होंने एंकर भाजी कहते नहीं, वह जवाब नहीं आया, वो कहते थे भाई अंग्रेजी आँधी थोनों, जे नहीं आँधी ना अंग्रेजी नीटू भाजी तो थोनों मैं एक गाइड कर दिना, एक थोनों टीचर दिना, अजक अंग्रेजी सिखा रहे हैं, बहुत वधिया अंग्रेजी मतलब सिखाते हैं, तो मैं जरा थोनों वो वीडियो भी नाल शेयर कर दिना जी। ਜੱਟ ਸਾਹਿਬ ਤੁਹਾਨੂੰ ਅੰਗਰੇਜ਼ੀ ਆਉਂਦੀ ਹੈ? ਹਾਂਜੀ ਆਉਂਦੀ ਹੈ ਜੀ। ਤੁਹਾਨੂੰ ਤੁਸੀਂ ਅੰਗਰੇਜ਼ੀ ਸਕੂਲ ਚ ਵੀ ਪੜ੍ਹੇ? ਹਾਂਜੀ ਪੜ੍ਹੇ ਹਾਂ ਜੀ। ਸਾਨੂੰ ਏ ਬੀ ਸੀ ਸੁਣਾ ਦਿਓ। ਚਲੋ ਜੀ ਸੁਣਾ ਦਿੰਦੇ ਹਾਂ ਭਾਜੀ ਤੁਹਾਨੂੰ ਏ ਬੀ ਸੀ ਭਾਜੀ ਸੁਣਾ ਦਿੰਦੇ ਹਾਂ, ਏ ਬੀ ਸੀ ਡੀ ਈ ਐਫ ਜੀ ਐਚ ਆਈ ਜੇ ਕੇ ਐਲ ਐਮ ਐਨ ਓ ਪੀ ਕਿਊ ਆਰ ਐਸ ਟੂ ਵੀ ਡਬਲਯੂ ਐਕਸ ਵਾਈ ਜ਼ੈਡ, ਇਹਦਾ ਤਰਜਮਾ ਭਾਜੀ ਹੈ ਵੇ, ਏ ਬੀ ਸੀ ਡੀ ਨਹੀਂ, ਏ ਬੀ ਏ ਅਲਫ घोड़े बैठ गए थे, पांच सात दिन तो हो गए पुजने वाले होने, तो तुम ना इन्हों गलबात करके थोनों सिखाऊंगे। ये लास्ट जी दाल पा रही ना, दाल बहुती नहीं पानी, थोड़ी दो कड़छियां पानिया, दाल कई बार ज्यादा पा देंगे, ठीक है। तो बाकी मेरा ही सलाह है नीटू भाजी ਪਰ ਤੁਸੀਂ ਨਾ ਥੋੜ੍ਹਾ ਜਿਹਾ ਇਹਨੂੰ ਛੱਡ ਕੇ ਨਾ ਸਿੰਘਗਿਰੀ ਤਰਫ ਜਾਓ, ਉਹਦਾ ਵੀ ਤੁਹਾਨੂੰ ਮੈਂ ਇੱਕ ਟੀਚਰ ਦਿੰਦਾ, ਸੋਨੂੰ ਸੀਤੋ ਵਾਲੇ ਭਾਜੀ ਕੋਲ ਜਾਓ, ਬੜਾ ਵਧੀਆ ਗਾਣੇ ਦੀ ਇਹਤੇ ਹੀ ਫੇਰਦੇ ਆ, ਅਤੇ ਉੱਥੋਂ ਮਤਲਬ ਤੁਸੀਂ ਥੋੜ੍ਹਾ ਸਿੱਖੋ ਜਾ ਕੇ। ਹਾਂਜੀ ਹਾਂਜੀ, ਅੱਛਾ ਸਿੱਖਿਆ ਹੀ ਗਏ ਸੀ ਪਹਿਲਾਂ ਇੱਕ ਦਿਨ, ਠੀਕ ਬਸ ਉੱਥੇ ਉਹਨਾਂ ਨਾਲੇ ਰਹਿਣਾ। ਅੱਛਾ ਉਹ ਵੀ ਵੀਡੀਓ ਕਰ ਦਈਏ ਸਾਂਝੀ, ਠੀਕ। ਹੁਣ ਇਹ ਭਾਜੀ ਨਾ ਨੀਟੂ ਛੱਟਣ ਵਾਲੇ ਭਾਜੀ ਇਹ ਸੋਨੂੰ ਸੀਤੋ ਵਾਲ ਭਾਜੀ ਦੇ ਨਾਲ ਹੁਣ ਇਹ ਕੰਮ ਕਰ ਰਹੇ ਆ। ਤੁਸੀਂ ਵੀ ਗਾਣਾ ਚਿਰਾਂ ਬਾਅਦ ਵੀ ਤੈਨੂੰ ਤਾਂ ਆਜ਼ਾਦ ਤੇ ਕਰਦੇ ਆ।